ਪੰਜਾਬੀ ਨੇ ਉਹਨੂੰ ਪ੍ਰਮੋਟ ਕੀਤਾ, ਪੰਜਾਬੀ ਬੋਲੀ ਕਰਕੇ ਅੱਜ ਉਹਦਾ ਨਾਮ ਬਣਿਆ। ਸੋ ਮੈਂ ਬੜੀ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸੋ ਉਹਨੂੰ ਪੰਜਾਬੀ ਦੇ ਹੱਕ 'ਚ ਗੱਲ ਕਰਨੀ ਚਾਹੀਦੀ, ਜੋ ਉਹ ਜਿਹਾ ਇਨਸਾਨ ਹਿੰਦੀ ਦੀ ਗੱਲ ਕਰੇ, ਇਹਦਾ ਬਹੁਤ ਅਫਸੋਸ ਨਾ। ਬਿਲਕੁਲ, ਜੋ ਵੀ ਬਣਦਾ ਹੋਇਆ ਅਸੀਂ ਕਰਾਂਗੇ। ਅੱਜ ਉਹ ਆਪ ਇੱਕ ਕਿਸਮ ਦੇ ਕੁਰਾਹੇ ਪਏ ਲੱਗਦੇ ਨੇ, ਇੱਕ ਕਿਸਮ ਦੇ ਹੰਕਾਰ ਵਿੱਚ ਆਏ ਲੱਗਦੇ ਨੇ, ਇੱਕ ਕਿਸਮ ਦੇ ਹਉਮੈ ਅਤੇ ਹੰਕਾਰ ਦੇ ਭਰੇ ਹੋਏ ਸਾਡੀ ਵਿਰਾਸਤ ਨੂੰ, ਸਾਡੀ ਸਭਿਅਤਾ ਨੂੰ, ਸਾਡੇ ਇਤਿਹਾਸ ਨੂੰ ਹੀ ਵਿਗਾੜਨ ਵੱਲ ਤੁਰੇ ਹੋਏ ਨੇ। ਗਾਇਕੀ ਕਰਨ ਵਾਲਿਆਂ ਦੀ ਅੰਦਰ ਦੀ ਜਿਹੜੀ ਅੰਦਰ ਕੀ ਹੈ ਉਹ ਵੀ ਲੱਚਰਤਾ ਜਿਹੜੀ ਸਾਹਮਣੇ ਆਉਂਦੀ ਹੈ, ਮੈਂ ਸਮਝਦੀ ਇੱਕ ਬੜੀ ਮੰਨਣਯੋਗ ਗੱਲ ਹੈ। ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਸਿੱਧੂ ਮੂਸੇਵਾਲੇ ਦਾ ਵਿਵਾਦ ਲਗਾਤਾਰ ਤੂਲ ਫੜਦਾ ਜਾ ਰਿਹਾ, ਜਿਹਦੇ ਚਲਦੇ ਹੁਣ ਇਹਨਾਂ ਗਾਇਕਾਂ ਦੇ ਵਿਵਾਦ ਨੇ ਸਿਆਸੀ ਗਲਿਆਰਿਆਂ ਵਿੱਚ ਵੀ ਹੜਕੰਪ ਮਚਾ ਕੇ ਰੱਖ ਦਿੱਤਾ। ਜੀ ਹਾਂ, ਹੁਣ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੁੰਦੀ ਨਜ਼ਰ ਆ ਰਹੀ ਹੈ। ਦੱਸ ਦੇ ਕਿ ਜਿੱਥੇ ਬਿਕਰਮਜੀਤ ਸਿੰਘ ਮਜੀਠੀਆ ਗੁਰਦਾਸ ਮਾਨ ਦੇ ਪੱਖ ਵਿੱਚ ਨਿਤਰੇ ਨੇ, ਉੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ MP ਪ੍ਰੇਮ ਸਿੰਘ ਚੰਦੂਮਾਜਰਾ ਨੇ ਗੁਰਦਾਸ ਮਾਨ ਤੇ ਨਿਸ਼ਾਨੇ ਸਾਧੇ ਨੇ। ਚੰਦੂਮਾਜਰਾ ਦਾ ਕਹਿਣਾ ਹੈ ਕਿ ਗੁਰਦਾਸ ਮਾਨ 'ਚ ਹੰਕਾਰ ਆ ਗਿਆ, ਜਿਸਦੇ ਚਲਦੇ ਉਸ 'ਤੇ ਐਕਸ਼ਨ ਹੋਣਾ ਚਾਹੀਦਾ। ਇਸ ਦੇ ਨਾਲ ਹੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਹ ਵੀ ਮੰਗ ਕੀਤੀ ਹੈ ਕਿ ਜਿਹੜੀ ਭਾਸ਼ਾ ਗੁਰਦਾਸ ਮਾਨ ਨੇ ਪੰਜਾਬ ਅਤੇ ਪੰਜਾਬੀਆਂ ਲਈ ਵਰਤੀ ਹੈ, ਉਸ 'ਤੇ ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਮੈਂ ਸਮਝਦਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਐਸਾ ਮਾਹੌਲ ਪੈਦਾ ਹੋ ਗਿਆ। ਪੰਜਾਬੀ ਦੇ ਨਾਮਵਰ ਸਿੰਗਰ ਜਿਨ੍ਹਾਂ 'ਤੇ ਅਸੀਂ ਬੜਾ ਸਤਿਕਾਰ ਕਰਦੇ ਸੀ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਵਿਰਾਸਤ ਨੂੰ ਮੰਚ 'ਤੇ ਲੈ ਕੇ ਲੋਕਾਂ ਤੱਕ ਪਹੁੰਚਾਉਣਾ ਸੀ, ਅੱਜ ਉਹ ਆਪ ਇੱਕ ਕਿਸਮ ਦੇ ਕੁਰਾਹੇ ਪਏ ਲੱਗਦੇ ਨੇ, ਇੱਕ ਕਿਸਮ ਦੇ ਹੰਕਾਰ ਵਿੱਚ ਆਏ ਲੱਗਦੇ ਨੇ, ਇੱਕ ਕਿਸਮ ਦੇ ਹਉਮੈ ਅਤੇ ਹੰਕਾਰ ਦੇ ਭਰੇ ਹੋਏ ਸਾਡੀ ਵਿਰਾਸਤ ਨੂੰ, ਸਾਡੀ ਸਭਿਅਤਾ ਨੂੰ, ਸਾਡੇ ਇਤਿਹਾਸ ਨੂੰ ਹੀ ਵਿਗਾੜਨ ਵੱਲ ਤੁਰੇ ਹੋਏ ਨੇ। ਗੁਰਦਾਸ ਮਾਨ ਜਿਨ੍ਹਾਂ ਦਾ ਅਸੀਂ ਆਦਰ ਸਤਿਕਾਰ ਕਰਦੇ ਹਾਂ, ਜਿਨ੍ਹਾਂ ਨੇ ਪੰਜਾਬੀ ਕਲਚਰ ਨੂੰ ਬਿਲਡ ਕਰਨ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ, ਉਹਨਾਂ ਵੱਲੋਂ ਇਸ ਤਰ੍ਹਾਂ ਦੇ ਸ਼ਬਦ ਵਰਤਣੇ, ਇਸ ਤਰ੍ਹਾਂ ਦੀ ਭਾਸ਼ਾ ਵਰਤਣੀ, ਮੈਂ ਸਮਝਦਾ ਬਹੁਤ ਹੀ ਨਿੰਦਣਯੋਗ ਆ। ਸੋ ਅੱਜ ਇਹ ਜਿਹੜੀ ਸਥਿਤੀ ਪੈਦਾ ਹੋਈ ਆ, ਇਹ ਕਿਤੇ ਨਾ ਕਿਤੇ ਇਸ ਕੋਡ ਦੀ ਘਾਟ ਕਰਕੇ ਮੈਂ ਸਮਝਦਾ ਪੈਦਾ ਹੋਈ ਆ। ਸੋ ਇਹਦੇ ਲਈ ਬਿਉਂਤਬੰਦੀ ਕਰਨੀ ਪਏਗੀ, ਕੋਡ ਬਣਾਉਣਾ ਪਏਗਾ, ਔਰ ਜਿਹੜੇ ਇਸ ਕਿਸਮ ਦੀ ਭਾਸ਼ਾ ਵਰਤਦੇ ਨੇ ਉਹਨਾਂ 'ਤੇ ਸਖ਼ਤ ਐਕਸ਼ਨ ਲੈਣਾ ਪਏਗਾ। ਕੁਦਰਤੀ ਤੌਰ 'ਤੇ ਗੁਰਦਾਸ ਮਾਨ ਉਹਨਾਂ ਨੂੰ ਤਾਂ ਮਾਫ਼ੀ ਮੰਗਣੀ ਚਾਹੀਦੀ ਆ। ਇਸ ਕਿਸਮ ਦੀ ਭਾਸ਼ਾ ਇੱਕ ਚੰਗੇ ਬੰਦੇ ਤੋਂ ਕੋਈ ਆਸ ਨਹੀਂ ਕਰਦਾ, ਔਰ ਇਸ ਕਿਸਮ ਦੀ ਸਭਿਆ ਭਾਸ਼ਾ, ਇਸ ਤਰ੍ਹਾਂ ਦਾ ਹੰਕਾਰ, ਇਸ ਤਰ੍ਹਾਂ ਦੀ ਭਾਵਨਾ, ਮੇਰਾ ਖਿਆਲ ਆ ਜਿਹੜੀ ਕਿਸੇ ਦੇ ਦਿਲ 'ਤੇ ਸੱਟ ਮਾਰੇ, ਕਿਸੇ ਨੂੰ ਮਤਲਬ ਜ਼ਖਮੀ ਕਰੇ ਕਿਸੇ ਦੀਆਂ ਭਾਵਨਾਵਾਂ ਨੂੰ, ਉਹ ਕੁਦਰਤੀ ਤੌਰ 'ਤੇ ਉਹਨੂੰ ਧਰਵਾ ਦੇਣ ਲਈ ਮੈਂ ਸਮਝਦਾ ਕੀਤੀ ਗਲਤੀ ਉਹਨਾਂ ਨੂੰ ਮੰਨ ਲੈਣੀ ਚਾਹੀਦੀ ਆ। ਔਰ ਅੱਗੇ ਲਈ ਕੋਈ ਇਸ ਤਰ੍ਹਾਂ ਦੀ ਹਿੰਮਤ ਨਾ ਕਰੇ, ਅੱਗੇ ਲਈ ਕੋਈ ਇਸ ਤਰ੍ਹਾਂ ਦਾ ਮਾਹੌਲ ਪੈਦਾ ਨਾ ਹੋਵੇ। ਆਹ ਤਾਂ ਹੁਣ ਪਿਛਲੇ ਦਿਨਾਂ 'ਚ ਤਾਂ ਲਗਾਤਾਰ ਹੀ ਕੋਈ ਐਸਾ ਵਾਤਾਵਰਨ ਹੁੰਦਾ ਜਾ ਰਿਹਾ ਜਿਵੇਂ ਨੋਇੰਗਲੀ ਹੋ ਰਿਹਾ ਜਾਂ ਕੋਈ ਕੋਡ ਆਫ ਕੰਡਕਟ ਦੀ ਘਾਟ ਕਰਕੇ ਹੋ ਰਿਹਾ, ਤੇ ਇਹਨੂੰ ਰੋਕਣ ਦੀ ਬਹੁਤ ਸਖ਼ਤ ਲੋੜ ਆ। ਉਧਰ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਬਿਆਨ ਵੀ ਸਾਹਮਣੇ ਆਇਆ। ਉਹਨਾਂ ਨੇ ਗੁਰਦਾਸ ਮਾਨ ਅਤੇ ਸਿੱਧੂ ਮੂਸੇਵਾਲੇ ਦੇ ਪੱਖੇ ਵਿਵਾਦ ਬਾਰੇ ਕੀ ਕਿਹਾ, ਆਓ ਸੁਣਦੇ ਹਾਂ। ਮੂਸੇਵਾਲੇ ਦਾ ਪ੍ਰੋਗਰਾਮ ਉਹ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕੇਸ ਵੀ ਕੀਤਾ ਉਹਦੇ ਉੱਤੇ, ਤੇ ਬਾਕੀ ਜਿਹੜਾ ਮੰਤ ਨੇ ਕਿਹਾ ਮਾਨ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਪੰਜਾਬੀ ਦੇ ਵਿਰੁੱਧ, ਪੰਜਾਬੀ ਹੈ, ਪੰਜਾਬੀ ਸਾਡੀ ਮਾਂ ਬੋਲੀ ਹੈ, ਔਰ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਜਿਹੜੇ ਇਹਨਾਂ ਨੇ ਪੰਜਾਬੀ ਨੇ ਉਹਨੂੰ ਪ੍ਰਮੋਟ ਕੀਤਾ, ਪੰਜਾਬੀ ਬੋਲੀ ਕਰਕੇ ਅੱਜ ਉਹਦਾ ਨਾਮ ਬਣਿਆ। ਸੋ ਮੈਂ ਬੜੀ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਸਗੋਂ ਨੂੰ ਪੰਜਾਬੀ ਦੇ ਹੱਕ 'ਚ ਗੱਲ ਕਰਨੀ ਚਾਹੀਦੀ, ਜੋ ਉਹ ਜਿਹਾ ਇਨਸਾਨ ਹਿੰਦੀ ਦੀ ਗੱਲ ਕਰੇ ਇਹਦਾ ਬਹੁਤ ਅਫਸੋਸ ਨਾ। ਬਿਲਕੁਲ, ਜੋ ਵੀ ਬਣਦਾ ਹੋਇਆ ਅਸੀਂ ਕਰਾਂਗੇ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਧੂ ਮੂਸੇਵਾਲਾ ਵੱਲੋਂ ਆਪਣੇ ਗਾਣੇ ਵਿੱਚ ਮਾਈ ਭਾਗੋ ਦੀ ਤੁਲਨਾ ਇੱਕ ਮਾਡਲ ਨਾਲ ਕੀਤੇ ਜਾਣ ਨੂੰ ਲੈ ਕੇ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਕਿ ਜਿਹੜੇ ਕਲਾਕਾਰ ਹੈ ਉਹਨਾਂ ਨੂੰ ਬੜੇ ਸੋਚ ਸਮਝ ਕੇ ਆਪਣੀ ਜਿਹੜੀ ਸ਼ਬਦਾਵਲੀ ਹੈ ਜਾਂ ਆਪਣਾ ਗਾਇਕੀ ਜਿਹੜੀ ਹੈ ਲੋਕਾਂ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ। ਔਰ ਮੈਂ ਨਿੰਦਾ ਕਰਦੀ ਹਾਂ ਇਸ ਗੱਲ ਦੇ ਉੱਤੇ ਕਿ ਸਾਡੀ ਇੱਕ ਮਹਾਨ ਆਗੂ, ਧਾਰਮਿਕ ਆਗੂ, ਯੋਧਾ ਆਗੂ, ਜਿਹਨੇ ਕੌਮ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ, ਜਿਹਨੇ ਬਹੁਤ ਵੱਡੀ ਸਾਨੂੰ ਸ਼ਕਤੀ ਦਿੱਤੀ, ਮਾਤਾ ਭਾਗੋ ਜੀ ਦਾ ਇਤਿਹਾਸ ਅੱਜ ਤੱਕ ਦੁਨੀਆ ਦੇ ਵਿੱਚ ਨਿਵੇਕਲਾ ਜਿਹਾ ਨਜ਼ਰ ਆਉਂਦਾ। ਜੇ ਉਸ ਮਾਤਾ ਭਾਗੋ ਨੂੰ ਇੱਕ ਅਸ਼ਲੀਲਤਾ ਵਾਲੇ ਪਾਸੇ ਆਪਾਂ ਜੋੜ ਕੇ ਲੋਕਾਂ ਨੂੰ ਉਦਾਹਰਣ ਦਿੰਦੇ ਹਾਂ, ਮੈਂ ਸਮਝਦੀ ਕਿ ਇਹ ਬੇਇਨਸਾਫੀ ਹੀ ਨਹੀਂ ਇੱਕ ਜ਼ੁਲਮ ਹੈ। ਅਤੇ ਉਸ ਮਾਤਾ ਭਾਗੋ ਦੇ ਗੀਤ ਅਸੀਂ ਰੋਜ਼ ਗਾਈਏ, ਇਹ ਸਾਡੇ ਵਾਸਤੇ ਖੁਸ਼ਕਿਸਮਤੀ ਹੋਵੇਗੀ ਕਿ ਮਾਤਾ ਭਾਗੋ ਦਾ ਇਤਿਹਾਸ ਲੋਕਾਂ 'ਚ ਵਾਰਾਂ ਰਾਹੀਂ ਗਾਇਆ ਜਾਵੇ, ਮਾਤਾ ਭਾਗੋ ਦੇ
जीवन प्रति असी लोगों नू संदेश देने वास्ते थां थां दे उत्ते प्रचार करिए, पर जदों असी अश्लील गल्लां करके माता भागो वर्गी एड्डी वड्डी महान साडी धार्मिक योधा ते मार्शल जिहड़ी जिहने सानू जीवन सिखाया उहदे नाल जे असी जोड़ांगे ते साडी इक बहुत वड्डी तोहीन वी महसूस हुंदी है। और इन्हां गायकी करन वालियां दी अंदर दी जिहड़ी अंदर की है वह भी लचरता जी सामने आती है। मैं समझती एक बड़ी निंदनयोग गल है इन्हों लोगों अपने कल्चर संबंधी अपने इतिहास संबंधी अपने समाज संबंधी जोड़ा है वह बड़े सोच के रहना चाहिए। दस दिए कि बीते दिन कनेडा में गुरदास मान के एक शो में कुछ पंजाबियों वालों उन्हों का विरोध किया गया। इस विरोध की एक वीडियो क्लिप भी सोशल मीडिया से काफ़ी तेजी वायरल हो रही है, जिस में गुरदास मान विरोध करने वाले भद्दी शब्दावली इस्तेमाल करते सुनाई दे रहे हैं। ਨਾਭਾ ਤੋਂ ਭੁਪਿੰਦਰ ਸਿੰਘ ਦੇ ਨਾਲ ਕਪੂਰਥਲਾ ਤੋਂ ਬਿਊਰੋ ਰਿਪੋਰਟ ਚੈਨਲ ਪੰਜਾਬ। ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।